माता जी कितना दुख लगता है एक मां नु जदों एक मां मजबूर हो जाती है सड़कां ते माता जी पुत्र नु इन्ने प्यार नाल पाल पोस के वड्डा कीता ते इस उम्र दे विच उन्ने इसी गल दा दुख है इन्हां नु जी इसी गल दा दुख आ बदमा दुध पिलांदे रहे अज इन्हां नु पानी नहीं मिल रहा डर लगता है जे कल नूं पुत्र लै भी जांदा है जे प्रशासन दबा पांदी है लै भी जांदा है ਤੁਹਾਨੂੰ ਆਪਣੇ ਕੋਲ ਤਾਂ ਤੁਸੀਂ ਸੁਰੱਖਿਅਤ ਮਹਿਸੂਸ ਕਰੋਗੇ ਉਹਦੇ ਕੋਲ ਨਹੀਂ ਬੇਟੀ ਕਹਿੰਦੀ ਹੈ ਵੀ ਮੈਂ ਇਹਦੀ ਦਵਾਈ ਦਾ ਖਰਚਾ ਇਹਦੀ ਦੇਖਭਾਲ ਮੈਂ ਨਹੀਂ ਕਰ ਸਕਦੀ ਬੇਟੀ ਹੱਬੋਲ ਛੱਡ ਗਈ ਹੱਬੋਲ ਮੰਦਿਰ ਦੇ ਵਿੱਚ ਪੁਲਿਸ ਨੇ ਅਤੇ ਮੁੰਡੇ ਨੇ ਦਾਖਲ ਕਰਾਤਾ ਉਸ ਤੋਂ ਬਾਅਦ ਮੁੰਡਾ ਲੈਣ ਨਹੀਂ ਆਇਆ ਅਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਗਣੇਸ਼ ਮੈਂ ਇੱਦਾਂ ਹੋਸਪਿਟਲ ਦਾਖਲ ਹਾਂ ਕਿਸੇ ਤੋਂ ਕਰਵਾਇਆ ਅਤੇ ਮੈਂ ਇਹਨਾਂ ਦੀ ਦੇਖਭਾਲ ਕਰ ਰਿਹਾ ਸੀਗਾ ਹੁਣ 15-20 ਦਿਨ ਤੋਂ ਇਹਨਾਂ ਦਾ ਮੁੰਡਾ ਮੈਨੂੰ ਥ੍ਰੈਟ ਕਰ ਰਿਹਾ ਤੰਗ ਪਰੇਸ਼ਾਨ ਕਰ ਰਿਹਾ ਵੀ ਜੇ ਮੇਰੀ ਮਾਂ ਨੂੰ ਕੁਝ ਹੋ ਗਿਆ ਤਾਂ ਮੈਂ ਅੰਦਰ ਕਰਾ ਦੂੰਗਾ ਮੈਂ ਕਹਿੰਦਾ ਵੀ ਜੇ ਤੈਨੂੰ ਮੇਰੇ ਕੋਲੋਂ ਪਰੇਸ਼ਾਨੀ ਤੂੰ ਲੈ ਜਾ ਆਪਣੀ ਮਾਤਾ ਨੂੰ ਆਰਥਿਕ ਤੰਗੀ ਹੈ ਤਾਂ ਕਰਕੇ ਹਾਂ ਜੀ ਨਾ ਆਰਥਿਕ ਤੰਗੀ ਕੋਈ ਨਹੀਂ ਕਰੋੜਾਪਤੀ ਹੈ ਜੀ ਇਹ ਕੋਈ ਆਰਥਿਕ ਤੰਗੀ 500 ਗੱਜ ਕੋਠੀ ਹੈ ਗ੍ਰੀਨਫੀਲਡ ਜੀ 5-6 ਕਰੋੜ ਦੀ ਹੈ ਜੀ ਫੈਕਟਰੀ ਹੈ ਨਾ ਜੀ ਕੋਟ ਮੰਗਲ ਸਿੰਘ ਜੀ ਹੈਬੋਵਾਲ 1000 ਗੱਜ ਕੋਠੀ ਹੈ ਜੀ ਜਿੱਥੇ ਉਹ ਰਹਿੰਦਾ ਪਿਆ ਜੀ ਉਹ ਕਹਿੰਦਾ ਤੂੰ ਇਸ ਤੇ ਇੰਨਾ ਪੈਸਾ ਕਿਉਂ ਲਾ ਰਿਹਾ ਜੀ ਦੇਖਭਾਲ ਕਿਉਂ ਕਰ ਰਿਹਾ ਤੂੰ ਇਹਨੂੰ ਆਪਣੇ ਘਰੋਂ ਕੱਢ ਦੇ ਪਰ ਮੇਰਾ ਜ਼ਮੀਨ ਨਹੀਂ ਮੰਨਦਾ ਮੈਂ ਇਹਨੂੰ ਘਰੋਂ ਕੱਢਦਾ ਉਰਮਿਲਾ ਕੀ ਉਮਰ ਹੈ ਤੁਹਾਡੀ 80 ਸਾਲ ਦੀ ਇੱਥੇ ਕੀ ਕਰ ਰਹੇ ਹੋ ਹੈ ਇੱਥੇ ਕੀ ਕਰਦੇ ਪਏ ਹੋ ਕੁਛ ਨਹੀਂ ਕਰਦੇ ਬਿਮਾਰ ਆ ਲੈ ਕੇ ਗਣੇਸ਼ ਕਰਦਾ ਕੀ ਹੋਇਆ ਮੈਂ ਦੇਖਭਾਲ ਕਰਦਾ ਇਹਨਾਂ ਦੀ ਸੇਵਾ ਸੰਭਾਲ ਕਰਦਾ ਜੀ ਇਹ 6 ਮਹੀਨੇ ਤੋਂ ਮੇਰੇ ਕੋਲ ਰਹਿ ਰਹੇ ਆ ਜੀ ਠੀਕ ਹੈ ਇਹਨਾਂ ਦੇ ਬੱਚਿਆਂ ਨੇ ਇਹਨੂੰ ਘਰੋਂ ਬਾਹਰ ਕੱਢਤਾ ਮੁੰਡਾ ਕਹਿੰਦਾ ਵੀ ਮੈਂ ਤੇਰੀ ਦੇਖਭਾਲ ਨਹੀਂ ਕਰਦਾ ਕਰ ਸਕਦਾ ਅਤੇ ਕੁੜੀ ਨੂੰ ਬੁਲਾ ਕੇ ਇਹਨਾਂ ਦੀ ਬੇਟੀ ਨਾਲ ਭੇਜਤਾ ਚੰਡੀਗੜ੍ਹ ਚੰਡੀਗੜ੍ਹ ਬੇਟੀ ਨੇ 2 ਮਹੀਨਿਆਂ ਬਾਅਦ ਉਰੇ ਮੰਦਰ ਹੈਬੋਵਾਲ ਛੱਡ ਕੇ ਚਲੀ ਗਈ ਅਤੇ ਉਸ ਤੋਂ ਬਾਅਦ ਮਾਤਾ ਇਹਨੂੰ ਮੰਦਰ ਦੇ ਬਾਹਰ ਛੱਡ ਕੇ ਚਲੀ ਗਈ ਬੇਟੀ ਹਾਂਜੀ ਹਾਂਜੀ ਮੰਦਰ ਦੇ ਬਾਹਰ ਛੱਡ ਕੇ ਚਲੀ ਗਈ ਅਤੇ ਬੇਟੇ ਨੇ ਕੀ ਕੀਤਾ ਸਿਵਲ ਹਸਪਤਾਲ ਦਾਖਲ ਕਰਾਤਾ ਸਿਵਲ ਹਸਪਤਾਲ ਦਾਖਲ ਕਰਾਉਣ ਤੋਂ ਬਾਅਦ ਮੁੜ ਕੇ ਇਹਨੂੰ ਲੈਣ ਹੀ ਨਹੀਂ ਆਇਆ ਹੈਬੋਵਾਲ ਡਿੱਗ ਗਏ ਸੀ ਘਰੇ ਜਦੋਂ ਤੁਸੀਂ ਹੈਬੋਵਾਲ ਡਿੱਗ ਗਏ ਸੀਗੇ ਕਿਵੇਂ ਡਿੱਗ ਗਏ ਸੀ ਮਾਤਾ ਜੀ ਜੁਰਿੰਦਰ ਦੀ ਬੇਟੀ ਛੱਡ ਕੇ ਗਈ ਆ ਜੁਰਿੰਦਰ ਦੀ ਬੇਟੀ ਨੂੰ ਛੱਡ ਕੇ ਗਈ ਆ ਹਾਂਜੀ ਹਾਂ ਹਾਂ ਪੈਰਾਡਾਈਜ਼ ਦਾ ਅਟੈਕ ਹੋਇਆ ਇਹਨਾਂ ਨੂੰ ਠੀਕ ਹੈ ਜੀ ਫਿਰ ਬੇਟੀ ਕਹਿੰਦੀ ਹੈ ਵੀ ਮੈਂ ਇਹਦੀ ਦਵਾਈ ਦਾ ਖਰਚਾ ਇਹਦੀ ਦੇਖਭਾਲ ਮੈਂ ਨਹੀਂ ਕਰ ਸਕਦੀ ਬੇਟੀ ਹੈਬੋਵਾਲ ਛੱਡ ਗਈ ਹੈਬੋਵਾਲ ਮੰਦਿਰ ਦੇ ਵਿੱਚ ਪੁਲਿਸ ਨੇ ਅਤੇ ਮੁੰਡੇ ਨੇ ਦਾਖਲ ਕਰਾਤਾ ਉਸ ਤੋਂ ਬਾਅਦ ਮੁੰਡਾ ਲੈਣ ਨਹੀਂ ਆਇਆ ਅਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਗਣੇਸ਼ ਮੈਂ ਇੱਦਾਂ ਹੋਸਪਿਟਲ ਦਾਖਲ ਹਾਂ ਕਿਸੇ ਤੋਂ ਕਰਵਾਇਆ ਤੁਸੀਂ ਕੀ ਲੱਗਦੇ ਹੋ ਮੈਂ ਇਹਨਾਂ ਦਾ ਭਤੀਜਾ ਲੱਗਦਾ ਜੀ ਠੀਕ ਹੈ ਮਾਤਾ ਜੀ ਠੀਕ ਹੈ ਭਤੀਜਾ ਠੀਕ ਹੈ ਹਾਂਜੀ ਅਤੇ ਮੈਂ ਇਹਨਾਂ ਦੀ ਦੇਖਭਾਲ ਕਰ ਰਿਹਾ ਸੀਗਾ ਹੁਣ 15-20 ਦਿਨ ਤੋਂ ਇਹਨਾਂ ਦਾ ਮੁੰਡਾ ਮੈਨੂੰ ਥ੍ਰੈਟ ਕਰ ਰਿਹਾ ਤੰਗ ਪਰੇਸ਼ਾਨ ਕਰ ਰਿਹਾ ਵੀ ਜੇ ਮੇਰੀ ਮਾਂ ਨੂੰ ਕੁਝ ਹੋ ਗਿਆ ਤਾਂ ਮੈਂ ਅੰਦਰ ਕਰਾ ਦੂੰਗਾ ਮੈਂ ਕਹਿੰਦਾ ਵੀ ਜੇ ਤੈਨੂੰ ਮੇਰੇ ਕੋਲੋਂ ਕੋਈ ਪਰੇਸ਼ਾਨੀ ਤੂੰ ਲੈ ਜਾ ਆਪਣੀ ਮਾਤਾ ਨੂੰ ਕੀ ਕਰਦੇ ਨੇ ਉਹ ਕੰਮ ਆਨਲਾਈਨ ਕੋਈ ਕੰਮ ਕਰਦਾ ਜੀ ਕੁਛ ਨਹੀਂ ਕਰਦਾ ਸਾਨੂੰ ਤਾਂ ਆਨਲਾਈਨ ਕੰਮ ਕਹਿੰਦਾ ਕਰਦਾ ਹੀ ਮੈਂ ਆਨਲਾਈਨ ਕੰਮ ਕਰਦਾ ਠੀਕ ਹੈ ਹੁਣ ਸਾਨੂੰ ਕੰਮ ਬਾਰੇ ਕੁਛ ਨਹੀਂ ਪਤਾ ਕਹਿੰਦਾ ਮੈਂ ਆਨਲਾਈਨ ਕੰਮ ਕਰਦਾ ਜੀ ਇਹਨਾਂ ਦੀ ਗ੍ਰੀਨਫੀਲਡ ਆਰਥਿਕ ਤੰਗੀ ਹੈ ਤਾਂ ਕਰਕੇ ਹਾਂ ਜੀ ਨਾ ਆਰਥਿਕ ਤੰਗੀ ਕੋਈ ਨਹੀਂ ਕਰੋੜਾਪਤੀ ਹੈ ਜੀ ਇਹ ਕੋਈ ਆਰਥਿਕ ਤੰਗੀ 500 ਗੱਜ ਕੋਠੀ ਹੈ ਗ੍ਰੀਨਫੀਲਡ ਜੀ 5-6 ਕਰੋੜ ਦੀ ਹੈ ਜੀ ਫੈਕਟਰੀ ਹੈ ਨਾ ਜੀ ਕੋਟ ਮੰਗਲ ਸਿੰਘ ਜੀ ਹੈਬੋਵਾਲ 1000 ਗੱਜ ਕੋਠੀ ਹੈ ਜੀ ਜਿੱਥੇ ਉਹ ਰਹਿੰਦਾ ਪਿਆ ਜੀ ਬਠਿੰਡੇ ਦੋ ਫਲੈਟ ਬਠਿੰਡੇ ਦੋ ਫਲੈਟ ਨੇ ਤੁਹਾਡੇ ਫਲੈਟ ਆ ਅੰਬਰਸਰ ਵੀ ਫਲੈਟ ਹੈ ਪ੍ਰੋਪਰਟੀ ਬਹੁਤ ਹੈ ਜਿੰਨਾ ਕੋਲੇ ਪ੍ਰੋਪਰਟੀ ਵਾਲੋ ਕੋਈ ਕਮੀ ਨਹੀਂ ਹੈਗੀ ਮਾਤਾ ਜੀ ਪੁੱਤਰ ਨੂੰ ਇੰਨੇ ਪਿਆਰ ਨਾਲ ਪਾਲ ਪੋਸ ਕੇ ਵੱਡਾ ਕੀਤਾ ਤੇ ਇਸ ਉਮਰ ਦੇ ਵਿੱਚ ਉਹਨੇ ਇਸੇ ਗੱਲ ਦਾ ਦੁੱਖ ਹੈ ਇਹਨਾਂ ਨੂੰ ਜੀ ਇਸੇ ਗੱਲ ਦਾ ਦੁੱਖ ਆ ਬਦਾਮਾ ਦੁੱਧ ਪਿਲਾਉਂਦੇ ਰਹੇ ਅੱਜ ਇਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਮੈਨੂੰ ਨਹੀਂ ਪਤਾ ਮੇਰਾ ਇੰਨਾ ਮਾੜਾ ਹੋਊਗਾ ਵੀ ਮੇਰਾ ਬੇਟਾ ਮੇਰਾ ਇੰਨਾ ਮਾੜਾ ਕਰੂਗਾ ਇਹਨੂੰ ਇਸ ਗੱਲ ਦਾ ਬਿਲਕੁਲ ਨਹੀਂ ਗਿਆਨ ਸੀਗਾ ਇਹ ਉੱਤੋਂ ਇਹਨਾਂ ਦੇ ਹਾਲਾਤ ਇਹ ਬਣੇ ਆ ਜਦ ਤੋਂ ਮੇਰੇ ਫੁੱਫੜ ਜੀ ਦੀ ਡੈਥ ਹੋਈ ਆ 2018 'ਚ ਡੈਥ ਹੋਈ ਆ ਉਸ ਤੋਂ ਬਾਅਦ ਇਹਨਾਂ ਦੇ ਹਾਲਾਤ ਜਿਹੜੇ ਦਿਨ ਤੋਂ ਦਿਨ ਮਾੜੇ ਹੁੰਦੇ ਗਏ ਹੁਣ 6 ਮਹੀਨਿਆਂ ਤੋਂ ਮੈਂ ਇਹਨਾਂ ਦੀ ਪੂਰੀ ਦੇਖਭਾਲ ਕਰ ਰਿਹਾ ਇਹਨਾਂ ਨੂੰ ਪੈਰਾਡਾਈਜ਼ ਦਾ ਅਟੈਕ ਪੱਲਾ ਵੀ ਹੋਇਆ ਸੀਗਾ ਅੱਜ ਤੋਂ 4-5 ਸਾਲ ਪਹਿਲਾਂ ਆ ਹੁਣ 10-15 ਦਿਨ ਪੱਲਾ ਮਹੀਨਾ ਪੱਲਾ ਵੀ ਹੋ ਕੇ ਹਟਿਆ ਜੀ ਮੈਂ ਇਹਨਾਂ ਨੂੰ DMC ਦਾਖਲ ਕਰਾਈ ਸਾਰਾ ਖਰਚਾ ਮੈਂ ਕੀਤਾ ਜੀ ਜਿਹੜੀ ਦੇਖਭਾਲ ਸਾਰੀ ਸੇਵਾ ਸੰਭਾਲ ਮੈਂ ਕੀਤੀ ਉਸ ਤੋਂ ਬਾਅਦ ਜੋ ਡਾਕਟਰਾਂ ਨੇ ਛੁੱਟੀ ਦਿੱਤੀ ਮੈਂ ਘਰੇ ਲੈ ਗਿਆ ਉਹ ਕਹਿੰਦਾ ਤੂੰ ਇਸ 'ਤੇ ਇੰਨਾ ਪੈਸਾ ਕਿਉਂ ਲਾ ਰਿਹਾ ਇਹਦੀ ਦੇਖਭਾਲ ਕਿਉਂ ਕਰ ਰਿਹਾ ਤੂੰ ਇਹਨੂੰ ਆਪਣੇ ਘਰੋਂ ਕੱਢ ਦੇ ਪਰ ਮੇਰਾ ਜ਼ਮੀਨ ਨਹੀਂ ਮੰਨਦਾ ਮੈਂ ਇਹਨੂੰ ਘਰੋਂ ਕੱਢਦਾ ਮੈਂ ਹੈਬੋਵਾਲ ਥਾਣੇ ਵੀ ਗਿਆ ਜੀ PAU ਥਾਣੇ ਵੀ ਗਿਆ ਮੈਂ ਡਿਪਟੀ ਸਾਹਿਬ ਕੋਲ ਵੀ ਗਿਆ ਗੁਰਪ੍ਰੀਤ ਜੀ ਕੋਲੇ ਠੀਕ ਹੈ ਜੀ ਉਹ ਮੁੰਡਾ ਕਿਸੇ ਗੱਲ 'ਤੇ ਆਉਣ ਨੂੰ ਤਿਆਰ ਨਹੀਂ ਮੰਨਣ ਨੂੰ ਕੋਈ ਗੱਲ ਤਿਆਰ ਨਹੀਂ ਅਸੀਂ ਕਿਹਾ ਜੇ ਤੂੰ ਨਹੀਂ ਰੱਖ ਸਕਦਾ ਅਸੀਂ ਰੱਖਣ ਨੂੰ ਤਿਆਰ ਹਾਂ ਸੇਵਾ ਸੰਭਾਲ ਕਰਨ ਨੂੰ ਤਿਆਰ ਹਾਂ ਅਸੀਂ
ठीक है ना, पर वो किसी गलते नहीं आता। असी प्रशासन को लो, सरकार को लो, पुलिस को लो यही मांग करते हैं भी इहदा जिहड़ा एक अंतकाले दे अपने घरे निकले, ये अपने घरे जाए, जे वह नहीं रखना चाहता तो वह सरकार नू लिख के दे भी ठीक है जी कलू देखो बजुर्ग माता जी ने समय का कोई पता नहीं कदों की हो जाए। इस करके उन्होंने धमके दे रहे, मेरी माता को कुछ हो गया मैं तुम्हें अंतर करा दूंगा। अज सरकार असं कहना चाहते हैं इन्ना ही प्यार है तो आप रख ले अपने रख ले। इस गलते किसी गलते नहीं आता। पुलिस ने बहुत फोन किए, PAU के SHO साहब ने बहुत फोन किए, पर वो किसी की गल मन तैयार नहीं, और ना इनू रखने तैयार है। वो कहना मैं नहीं रख सकता, साफ लफ्जा कहता। इस गल मेरे को एविडेंस आ, प्रूफ हर चीज़ का मेरे को, जिसे वो गल कह रहे मैं नहीं इनू रख सकता। माता जी तुसी ताड़ा दिल करदा अपने पुत्तर कोल जाण दा? ओदा दिल पत्थर है ना? ठीक ओदे दिल पत्थर है, ओदा दिल पत्थर है। किन्ने प्यार नाल मां पाल पोस के बच्चे नु वड्डा करदी है ना, अपने जिगर दा टुकड़ा बना के रखदी, आप गिल्ले च पै जांदी, ओनु सुक्के ते पौंदी है। तकलीफ सही है ना? ठीक हो ਹੁੰਦਾ ਆਦਾ ਕੋਲ ਠੀਕ ਹੋ ਗਿਆ ਨਿਸ਼ਾ ਠੀਕ ਹੋ ਗਿਆ ਨਿਸ਼ਾ ਨੋਰਮਲ ਹੋ ਗਿਆ ਬੇਟੀ ਨੇ ਨੋਰਮਲ ਹੋ ਗਿਆ ਬੇਟਾ ਜਿਹੜਾ ਇਹਨਾਂ ਦਾ ਆਪਰੇਸ਼ਨ ਨਾਲ ਹੋਇਆ ਇਹ ਕਹਿੰਦੇ ਆ ਉਹ ਪੁੱਤ ਤੱਕ ਪੁੱਤ ਹੋ ਗਿਆ ਪਰ ਧੀ ਨੇ ਵੀ ਸਾਥ ਨਹੀਂ ਦਿੱਤਾ ਇਸ ਨੂੰ ਨਹੀਂ ਦਿੱਤਾ ਅੰਦਾ ਤੰਕੇ ਜਾ ਉਹ ਧੀ ਕਹਿੰਦੀ ਮੇਰੇ 'ਤੇ ਰਿਪੋਰਟ ਲਿਖਾਤੀ ਸੀ ਇਹਨਾਂ ਦੇ ਬੇਟੇ ਨੇ ਉਸ 'ਤੇ ਵੀ ਰਿਪੋਰਟ ਲਿਖਾਤੀ ਸੀਗੀ ਵੀ ਜਬਰਦਸਤੀ ਲੈ ਕੇ ਗਈ ਜਦ ਕਿ ਇਹਨੇ ਆਪ ਖੁਦ ਭੇਜਿਆ ਸੀਗਾ ਉਹ ਕਹਿੰਦੀ ਆ ਮੈਂ ਡਰਦੇ ਮਾਰੇ ਇਹਨਾਂ ਨੂੰ ਉੱਥੇ ਮੰਦਰ ਛੱਡ ਕੇ ਚਲੀ ਗਈ ਵੀ ਮੈਂ ਪੁਲਿਸ ਦੇ ਚੱਕਰ 'ਚ ਨਹੀਂ ਪੈਣਾ ਚਾਹੁੰਦੀ ਹੁਣ ਜੇ ਉਹ ਆਪਣੀ ਉਹਨੇ ਭੈਣ ਨਾਲ ਹਾਲਾਤ ਕੀਤੇ ਉਹੀ ਹੁਣ ਮੇਰੇ ਨਾਲ ਹਾਲਾਤ ਕਰਦਾ ਪਿਆ ਵੀ ਮੇਰੇ 'ਤੇ ਕੱਲੂ ਅੱਜ ਮਾਤਾ ਜੀ ਜਿਉਂਦੀ ਜਾਗਦੀ ਆ ਬੋਲਦੀ ਆ ਹਰ ਚੀਜ਼ ਕਰਦੀ ਆ ਮੈਂ ਇਹ ਗੱਲ ਚਾਹੁੰਦਾ ਵੀ ਅੱਜ ਇਹਨਾਂ ਦੇ ਬਿਆਨ ਲੈ ਲਿੱਤੇ ਜਾਣ ਅੱਜ ਇਹ ਜਿਉਂਦੀ ਜਾਗਦੀ ਆ ਸੋਚਦੀ ਆ ਸਮਝਦੀ ਆ ਕੱਲੂ ਮੇਰੀ ਕਿਸੇ ਨੇ ਗੱਲ ਨਹੀਂ ਮੰਨੀ ਇਸ ਗੱਲ ਦਾ ਮੈਨੂੰ ਡਰ ਆ ਤਾਂ ਮੈਂ ਚਾਹੁੰਦਾ ਵੀ ਇਹਨੂੰ ਆਪਣੇ ਨਾਲ ਲੈ ਜੇ ਮਾਤਾ ਜੀ ਤੁਸੀਂ ਪੁੱਤਰ ਕੋਲ ਜਾਣਾ ਚਾਹੁੰਦੇ ਹੋ ਪਰ ਉਹ ਤਾਂ ਤੁਹਾਨੂੰ ਰੱਖਣਾ ਹੀ ਨਹੀਂ ਚਾਹੁੰਦਾ ਨਹੀਂ ਜਾਂਦਾ अपने कोल ता तुसी सुरक्षित महसूस करोगे उदे कोल? फिर तुसी क्यों जाना चाहने उदे कोल? मैनूं बचाण वास्ते भी मैनूं कल नूं अंदर ना करा दे, मैनूं तंग पछाण ना करे, इहनां इहनां नूं बचाण लई जाना चाहुंदे? दाखिल कराया गया जी, DMC ਨਾਲ ਲਾ ਚੱਲਿਆ, ਉਹਨਾਂ ਦਵਾਈਆਂ ਲਿਖਤੀਆਂ ਛੁੱਟੀ ਦੇ ਦਿੱਤੀ। ਉਸ ਟਾਈਮ ਉਹਦੇ ਬੇਟੇ ਨੂੰ ਬੁਲਾਇਆ, ਉਹ ਕਹਿੰਦਾ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਇਲਾਜ ਵਾਸਤੇ, ਸਾਰਾ ਜੋ ਵੀ ਇਲਾਜ 'ਤੇ ਖਰਚਾ ਮੈਂ ਕੀਤਾ। ਮੈਂ ਪ੍ਰਸ਼ਾਸਨ ਕੋਲੋਂ ਸਰਕਾਰ ਕੋਲੋਂ ਇਹੀ ਮੰਗ ਕਰਦਾ ਵੀ ਇਹ ਮਾਤਾ ਜੀ ਨੂੰ ਪੂਰੀ ਜਾਣ ਕੇ ਮੈਨੂੰ ਸਕਿਉਰਟੀ ਦਿੱਤੀ ਜਾਵੇ, ਫਿਰ ਮੈਂ ਰੱਖਣ ਨੂੰ ਤਿਆਰ ਹਾਂ। ਇੱਦਾਂ ਮੈਂ ਨਹੀਂ ਰੱਖ ਸਕਦਾ ਕਿਉਂਕਿ ਉਹ ਬੰਦਾ ਹੁਣ ਤੁਸੀਂ ਇਹਨਾਂ ਨੂੰ ਆਪਣੇ ਘਰ ਨਹੀਂ ਲੈ ਕੇ ਜਾਓਗੇ? ਨਹੀਂ, ਜਦ ਤੱਕ ਕੋਈ ਸਰਕਾਰ ਮੈਨੂੰ ਆਰਡਰ ਨਹੀਂ ਦਊਗੀ, ਹੁਕਮ ਨਹੀਂ ਦਊਗੀ, ਮੈਂ ਨਹੀਂ ਲੈ ਕੇ ਜਾਊਂਗਾ ਕਿਉਂਕਿ ਉਹ ਬੰਦਾ ਕੱਲ ਨੂੰ ਮੈਨੂੰ ਤੰਗ ਪਰੇਸ਼ਾਨ ਕਰ ਸਕਦਾ। ਆਪਣੇ ਵੀ ਬੱਚੇ ਹੋਣਗੇ? ਮੇਰੇ ਬੱਚੇ ਹੀ, ਮੇਰੀ ਘਰਵਾਲੀ ਆ, ਮੇਰੀ ਸੱਸ ਸਾਹਿਬ ਦੇਖਭਾਲ ਕਰਦੀ ਆ, ਮੇਰੀ ਘਰਵਾਲੀ 3 ਟਾਈਮ ਨੂੰ ਰੋਟੀ ਦਿੰਦੀ ਆ ਜੀ, ਦੇਖਭਾਲ ਕਰਦੀ ਆ ਜੀ। ਭੈਣ ਜੀ ਬਹੁਤ ਕਰਦੇ, ਇਹ ਭੈਣ ਜੀ ਬਹੁਤ ਚੰਗੇ ਆ, ਬਹੁਤ ਕਰਦੇ ਆ, ਬਹੁਤ ਕਰਦੇ ਆ, ਹਾਂਜੀ। ਮੇਰੀ ਮੋਟੀ ਤੇ ਆਪਣਾ ਆਪਣਾ ਢਿੱਡ ਦਾ ਜੰਮਿਆ ਇਹ ਹਾਲ ਕਰ ਰਿਹਾ ਤੁਹਾਡਾ? ਨਹੀਂ ਕਰਦਾ, ਨਹੀਂ ਕਰਦਾ, ਨਹੀਂ ਕਰਦਾ। ਦੁੱਖ ਲੱਗਦਾ ਹੈ ਨਾ ਮਾਤਾ ਜੀ, ਕਿੰਨਾ ਦੁੱਖ ਲੱਗਦਾ ਹੈ ਇੱਕ ਮਾਂ ਨੂੰ ਜਦੋਂ ਇੱਕ ਮਾਂ ਮਜਬੂਰ ਹੋ ਜਾਂਦੀ ਹੈ ਸੜਕਾਂ ਤੇ ਆਉਣ ਨੂੰ। ਬੈਂਕ ਚੋਂ, ਤੁਹਾਡੇ ਬੈਂਕ ਚੋਂ ਖਾਤੇ ਚੋਂ ਪੈਸੇ ਕਢਾ ਲਏ? ਹਾਂ, ਧੱਕੇ ਨਾਲ ਸਾਈਨ ਕਰਾ ਕੇ? ਧੱਕੇ ਨਹੀਂ, ਧੱਕੇ ਨਾਲ ਬ੍ਰਿੰਦਾਵਨ ਸੀ ਬੈਂਕ, ਬ੍ਰਿੰਦਾਵਨ ਚੋਂ ਨਹੀਂ, ਧੱਕੇ ਨਾਲ ਨਹੀਂ, ਉਹ ਤੱਕ ਸਾਈਨ ਕਰਾ। ਅੱਛਾ, ਧੱਕੇ ਨਾਲ ਨਹੀਂ ਕਰਵਾਏ, ਪਿਆਰ ਨਾਲ ਕਰਵਾਏ ਨੇ, ਵਿਸ਼ਵਾਸ ਦਵਾ ਕੇ। ਅੱਛਾ, ਵਿਸ਼ਵਾਸ ਦਵਾ ਕੇ ਸਾਈਨ ਕਰਾਏ, ਫਿਰ ਘਰੋਂ ਕੱਢਤਾ? ਮੈਨੂੰ ਪੈਸੇ ਦਊਂਗਾ, ਮੈਨੂੰ ਪੈਸੇ ਦਿੱਤੇ ਬਾਪੂ, ਮਾਤਾ ਜੀ ਤੁਹਾਨੂੰ ਕੁੱਟਦਾ ਮਾਰਦਾ ਤਾਂ ਨਹੀਂ ਸੀ? ਨਾ ਨਾ, ਨਹੀਂ ਕੁੱਟਦਾ। ਜਦੋਂ ਤੱਕ ਪੁੱਤਰ ਦੇ ਨਾਲ ਰਹੇ ਹੋ, ਪਿਆਰ ਨਾਲ ਰੱਖਿਆ ਉਹਨੇ? ਦੇਖਿਆ
ਪਿਆਰ ਨਾਲ ਵੀ ਨਹੀਂ ਰੱਖਿਆ ਤੇ ਕੁੱਟਦਾ ਮਾਰਦਾ ਵੀ ਨਹੀਂ। ਰੋਟੀ ਮਿਲਦੀ ਸੀ? ਆਪੇ ਬਣਾਉਂਦੇ ਸੀ? ਤੁਹਾਡੀ ਨੂੰਹ ਸੀਗੀ ਘਰੇ? ਨੂੰਹ ਨਹੀਂ ਸੀਗੀ? ਨਾਨਕੇ ਪਰਿਵਾਰ ਨਾਲ ਵੀ, ਦਾਦਕੇ ਪਰਿਵਾਰ ਨਾਲ ਕਿਸੇ ਨਾਲ ਉਹਦਾ ਲਿੰਕ ਨਹੀਂ। ਉਹ ਕਿਸੇ ਰਿਸ਼ਤੇਦਾਰ ਦੀ ਮੰਨਣ ਨੂੰ ਤਿਆਰ ਨਹੀਂ, ਕਿਸੇ ਪੁਲਿਸ ਪ੍ਰਸ਼ਾਸਨ ਦੀ ਮੰਨਣ ਨੂੰ ਤਿਆਰ ਨਹੀਂ, ਕਿਸੇ ਪੰਚਾਇਤ ਦੀ ਮੰਨਣ ਨੂੰ ਤਿਆਰ ਨਹੀਂ। ਇਸੇ ਕਰਕੇ ਸਾਨੂੰ ਅੱਜ ਡਰ ਲੱਗ ਰਿਹਾ ਵੀ ਅੱਜ ਪੁਲਿਸ ਪ੍ਰਸ਼ਾਸਨ ਕੁਛ ਨਹੀਂ ਮੇਰੀ ਮਦਦ ਕਰ ਪਾ ਰਹੀ, ਕੱਲ ਨੂੰ ਮੇਰੀ ਮਦਦ ਕਿੱਥੋਂ ਬਾਅਦ 'ਚ ਹੋਣੀ ਹੈ ਜੇ ਮਾਤਾ ਨੂੰ ਕੁਛ ਹੋ ਗਿਆ। ਇਸੇ ਕਰਕੇ ਡਰ ਲੱਗਦਾ ਪਿਆ ਮੈਨੂੰ, ਇਸ ਕਰਕੇ ਮੈਂ ਮਾਤਾ ਨੂੰ ਹੁਣ ਘਰ ਨਹੀਂ ਲਿਜਾਣਾ ਚਾਹੁੰਦਾ। ਜੇ ਪੁਲਿਸ ਪ੍ਰਸ਼ਾਸਨ ਸਰਕਾਰ ਮੇਰੀ ਮਦਦ ਕਰਦੀ ਆ ਵੀ ਹਾਂ ਵੀ ਤੁਹਾਨੂੰ ਕੱਲ੍ਹ ਕਿਨੇ ਕੁਛ ਨਹੀਂ ਹੁੰਦਾ ਤਾਂ ਮੈਂ ਰੱਖਣ ਨੂੰ ਤਿਆਰ ਹਾਂ, ਨਹੀਂ ਤਾਂ ਉਹ ਆਪਣੀ ਮਾਤਾ ਨੂੰ ਆਪ ਲੈ ਕੇ ਜਾਵੇ। ਮਾਤਾ ਜੀ, ਜੇ ਉਹ ਵੀ ਨਾ ਲੈਣ ਆਇਆ, ਉਹਨੇ ਵੀ ਨਾ ਰੱਖਿਆ, ਇਹਨਾਂ ਨੂੰ ਵੀ ਸਿਕਿਉਰਿਟੀ ਨਾ ਮਿਲੀ, ਇਹ ਵੀ ਨਾ ਤੁਹਾਨੂੰ ਲੈ ਕੇ ਗਏ, ਤਾਂ ਕਿੱਥੇ ਰਹੋਗੇ? ਕਿੱਥੇ ਰਹੋਗੇ? ਕਹਿੰਦੇ ਨਹੀਂ ਮਾਰੂੰਗੇ, 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 ਕਹਿੰਦੇ ਮਰ ਜਾਂਗੇ, ਫਿਰ ਹੋਰ ਕੀ ਹੋ ਸਕਦਾ? ਮਰ ਜੂੰਗੇ ਜੇ ਇਹਨੇ ਰੱਖੋ, ਰੱਖੂਗਾ ਭਤੀਜੇ ਕੋਲ ਕਰਦਾ। ਪਰੇਸ਼ਾਨੀ ਕੀ ਆ? ਉਹ ਬੰਦਾ ਜਿਹੜਾ ਅੱਜ ਮੈਨੂੰ ਥਰੈਡ ਕਰ ਰਿਹਾ, ਚੰਗੇ ਭੱਲੇ ਆ, ਜਿਉਂਦੇ ਜਾਗਦੇ ਆ, ਚੱਲਦੇ ਫਿਰਦੇ ਆ, ਅੱਜ ਥਰੈਡ ਕਰ ਰਿਹਾ ਮੈਨੂੰ ਕੱਲ੍ਹ ਨੂੰ ਵੀ ਕਰ ਸਕਦਾ, ਕਿਉਂਕਿ ਬਜ਼ੁਰਗ ਸਰੀਰ ਆ, ਸਮੇਂ ਦਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ। ਇਸ ਕਰਕੇ ਮੈਨੂੰ ਪ੍ਰਸ਼ਾਸਨ ਕੋਲੋਂ, ਸਰਕਾਰ ਕੋਲੋਂ ਸਕਿਉਰਿਟੀ ਚਾਹੀਦੀ ਆ, ਮੈਂ ਫਿਰ ਨਾਲ ਰੱਖੂੰਗਾ। ਇੱਦਾਂ ਮੈਂ ਨਾਲ ਨਹੀਂ ਰੱਖ ਸਕਦਾ ਇਹਨਾਂ ਨੂੰ, ਕਿਉਂਕਿ ਇਹਦਾ ਬੇਟਾ ਜੇ ਲੈ ਕੇ ਜਾਣਾ ਚਾਹੁੰਦਾ ਮੈਨੂੰ ਕੋਈ ਇਤਰਾਜ਼ ਨਹੀਂ ਲੈ ਜੇ, ਪਹਿਲ ਬੇਟੇ ਦੀ ਆ। ਠੀਕ ਹੈ, ਠੀਕ ਹੈ, ਪਰ ਇਹ ਤਸਵੀਰ ਮੇਰੇ ਕੈਮਰਾਮੈਨ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਦੇਣਗੇ। ਇਹ ਮਾਂ, ਇਹ ਬਜ਼ੁਰਗ ਮਾਂ ਜਿਸਨੇ ਆਪਣੇ ਬੱਚੇ ਨੂੰ 9 ਮਹੀਨੇ ਕੁੱਖ ਦੇ ਵਿੱਚ ਰੱਖਿਆ, ਉਸਨੂੰ ਇਸ ਦੁਨੀਆ ਦੇ ਵਿੱਚ ਲੈ ਕੇ ਆਉਂਦਾ, ਉਸਨੂੰ ਇਨਸਾਨ ਦਾ ਰੂਪ ਦਿੱਤਾ, ਪਾਲ ਪੋਸ ਕੇ ਵੱਡਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ, ਬੁਢਾਪੇ ਦੇ ਵਿੱਚ, ਉਹ ਇਸ ਮਾਂ ਦੀ ਲਾਠੀ ਬਣੇਗਾ। ਉਹੀ ਬੇਸ਼ਰਮ ਔਲਾਦ ਅੱਜ ਆਪਣੀ ਮਾਂ ਨੂੰ ਇਸ ਹਾਲ ਦੇ ਵਿੱਚ ਛੱਡ ਕੇ, ਨਾ ਤਾਂ ਉਹ ਪੁੱਤਰ ਆਪਣੀ ਮਾਂ ਨੂੰ ਆਪ ਰੱਖਣਾ ਚਾਹੁੰਦਾ, ਅਤੇ ਜੇ ਕੋਈ ਰਿਸ਼ਤੇਦਾਰ ਰੱਖ ਰਿਹਾ ਤਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਵੱਡੇ ਵੱਡੇ ਰਸੂਖਦਾਰਾਂ ਦੇ ਵੀ ਇਹੀ ਹਾਲ ਨੇ, ਆਪਣੀਆਂ ਮਾਵਾਂ ਨੂੰ ਕਿਸ ਤਰ੍ਹਾਂ ਕੁਰਲੀਆਂ ਦੇ ਵਿੱਚ ਛੱਡ ਦਿੱਤਾ ਜਾਂਦਾ ਆਪਣੀਆਂ ਮਾਵਾਂ ਨੂੰ। ਇਹ ਤਸਵੀਰ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿੰਦੇ ਹਾਂ, ਪੈਰਾਲਿਸਿਸ ਦਾ ਅਟੈਕ ਪਿੱਛੇ ਜੇ ਵੀ ਇਹਨਾਂ ਨੂੰ ਆਇਆ, ਪਹਿਲਾਂ ਵੀ ਆ ਚੁੱਕਾ। ਇੰਨੀ ਮਾੜੀ ਹਾਲਤ ਦੇ ਵਿੱਚ ਇਹ ਮਾਂ, ਇਸ ਮਾਂ ਦੀਆਂ ਅੱਖਾਂ ਦੇ ਹੰਝੂ ਇਹ ਉਡੀਕ ਕਰ ਰਹੇ ਸਨ, ਕਦੋਂ ਪੁੱਤਰ ਆਏਗਾ, ਬਾਂਹ ਫੜੇਗਾ ਅਤੇ ਘਰ ਲੈ ਕੇ ਜਾਏਗਾ। ਪਰ ਉਹ ਪੁੱਤਰ, ਉਹ ਕਪੁੱਤ, ਅਸੀਂ ਅਕਸਰ ਕਹਿੰਦੇ ਰਹਿੰਦੇ ਹਾਂ ਕਿ ਮਾਂ ਕੁਮਾਂ ਨਹੀਂ ਹੁੰਦੀ, ਪੁੱਤ ਕਪੁੱਤ ਹੋ ਜਾਂਦੇ ਨੇ। ਇੱਕ ਹੋਰ ਤਸਵੀਰ, ਇੱਕ ਹੋਰ ਉਦਾਹਰਣ ਤੁਹਾਨੂੰ ਅੱਜ ਦਿਖਾ ਰਹੇ ਹਾਂ। ਲੁਧਿਆਣਾ ਸ਼ਹਿਰ ਦੀ ਹੀ ਇਹ ਮਾਂ, ਲੁਧਿਆਣਾ ਸ਼ਹਿਰ ਦੀ ਇਹ ਵਾਸੀ, ਪੁੱਤਰ ਨੇ ਘਰੋਂ ਕੱਢ ਦਿੱਤਾ। ਜੇ ਕੋਈ ਇਸ ਮਾਂ ਨੂੰ ਰੱਖਦਾ ਤਾਂ ਉਸਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ, ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਇਹ ਸਮਾਜ ਦੇ ਵਿੱਚ ਹੋ ਕੀ ਰਿਹਾ, ਇਹ ਦੇਖ ਕੇ ਦੁੱਖ ਵੀ ਬੜਾ ਲੱਗਦਾ, ਸ਼ਰਮ ਵੀ ਬੜੀ ਆਉਂਦੀ ਹੈ।